ਸਤਿਕਾਰਯੋ ਸਾਥਿਓ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁਲਾਜ਼ਮ ਡਿਊਟੀ ਦੇ ਮੁਲਾਜ਼ਮ ਪੈਨਸ਼ਨਾਂ ਸੰਬੰਧੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਸਾਝ ਦੱਸਾਂਗੇ ਜੀ ਪੰਜਾਬ ਸਰਕਾਰ ਦੀ ਕੈਨ ਮੀਟਿੰਗ ਚੰਡੀਗੜ੍ਹ ਦੇ ਵਿੱਚ ਅੱਜ ਸਵੇਰੇ 11:00 ਵਜੇ ਹੋਏਗੀ ਉਸ ਬਾਰੇ ਵੀ ਭਰੂਰੀ ਜਾਣਦੇ ਦਵਾਂਗੇ ਜੀ ਹੁਣੇ ਬੇਨਤੀ ਆ ਮੇਰੇ ਚੈਨਲ ਨੂੰ ਸਾਫ ਸਫਾਰ ਕਰੋ ਜੀ ਪੰਜਾਬ ਸਰਕਾਰ ਦੀ ਕੈਨ ਮੀਟਿੰਗ ਦੇ ਵਿੱਚ ਜੋ ਚੰਡੀਗੜ੍ਹ ਹੋਈ ਆ ਉਸ ਦੇ ਵਿੱਚ ਮੁਲਾਜ਼ਮਾਂ ਲਈ ਐ ਭਾਈ ਰੋਸਾ ਧਿਆਨ ਜੋ ਮਲਾਈ ਮੋਕਾ ਮੰਗ ਹੈ ਪੁਰਾਣੀ ਪੈਨਸਕੀਮ ਲਾਗੂ ਕੀਤੀ ਜਾਵੇ ਦੀਨੇ ਕਿਸ ਤਰ੍ਹਾਂ ਬਕਾਇਆ ਹੈ ਜੋ ਦੋ ਕਿਸਤਾ ਬਕਾਇਆ ਹਨ ਜਲਦੀ ਦਿੱਤੇ ਆਣਾ ਇਸ ਤਰ੍ਹਾਂ ਹੀ ਜੋ ਪਿੰਡੂ ਭੱਤਾ ਪੰਜਾਬ ਸਰਕਾਰ ਨੇ ਮਲਾਨਾ ਕੱਟਿਆ ਗਿਆ ਉਸ ਨੂੰ ਬਹਾਲ ਕੀਤਾ ਜਾਵੇ ਮੁੱਖ ਮੰਗਾ ਹਨ ਜੀ ਕਿਉਂਕਿ ਆਪ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਪੁਰਾਣੀ ਪੈਨਸਕੀਮ ਲਾਗੂ ਕਰਾਂਗੇ ਪਰ 4 ਮਹੀਨੇ ਵੀ ਚੁੱਕੇ ਆ ਸਰਕਾਰ ਬੜੀ ਨੂੰ ਇਹ ਤੱਕ ਪੁਰਾਣੀ ਪੈਨਸ਼ਨ ਕਿਮਾ ਲਾਗੂ ਨਹੀਂ ਕੀਤੀ ਵਿੱਤ ਮੰਤਰੀ ਹਰਪਾਸ ਸਿੰਘ ਜਿੰਮਾ ਤੋਂ ਅਸੀਂ ਇਹੀ ਮੰਗ ਕਰਦੇ ਆਂਗੇ ਅੱਜ ਦੀ ਜੋ ਕੈਨੋ ਮੀਟਿੰਗ ਹੋ ਰਹੀ ਆ ਉਸਰੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਜਾਂ ਯੂਟੇ ਮੁਲਾਜ਼ਮਾਂ ਉਹਨਾਂ ਲਈ ਪੁਰਾਣੀ ਪੈਨਸ਼ਨ ਕਿਮਾ ਲਾਗੂ ਕੀਤੀ ਜਾਵੇ ਕਿਉਂਕਿ ਜੋ 2004 ਤੋਂ ਭਰਤੀ ਹੋਇਆ ਮੁਲਾਜ਼ਮ ਉਹਨਾਂ ਲਈ ਜੋ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੈ ਪਰ ਇਹ ਕੀਤੀ ਜਾਣੀ ਚਾਹੀਦੀ ਆ ਅਸੀਂ ਦੁਬਾਰਾ ਫੇਰ ਮੰਗ ਕਰਦੇ ਆਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੋਂ 36000 ਮੁਲਾਜ਼ਮਾਂ ਜੋ ਰੇਲਰ ਕਰਨ ਦੀ ਗੱਲ ਕੀਤੀ ਸੀ ਸਬ ਕਮੇਟੀ ਨੇ ਉਹਦੇ ਬਾਰੇ ਅੱਜ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ 4 ਮਹੀਨੇ ਵੀ ਚੁੱਕੇ ਆ ਸਰਕਾਰ ਬਣੀ ਨੂੰ ਮਲਾਜਮਾਂ ਦਾ ਇੱਕ ਵੀ ਬਾਰ ਕੋਰ ਨਹੀਂ ਕੀਤਾ ਇਸ ਸਰਕਾਰ ਦੇ ਮਲਾਜਮਾਂ ਨੂੰ ਸੰਰੂਪਤਾ ਨਹੀਂ ਲਾਉਂਦੇ ਆ ਬਰਨਾਲੇ ਧਾਨੇ ਲਾਉਂਦੇ ਆ ਜੋ ਕਹਿਣ ਮੰਤਰੀ ਅਗਰਵੀਨ ਸਿੰਘ ਮੀਤਿਆ ਦੀ ਕੁੱਠਿਆ ਘਰਾਓ ਕਰਦੇ ਆ ਇਸ ਤਰ੍ਹਾਂ ਹੀ ਜੋ ਕਹਿਣ ਮੰਤਰੀ ਹਰਜੋਤ ਸਿੰਘ ਬੈਂਸ ਹੈ ਉਸੇ ਹੀ ਕੁੱਠਿਆ ਘਰਾਓ ਕਰਦੇ ਆ ਕਿਉਂਕਿ ਇੱਕੋ ਜੇ ਆ ਸਰਕਾਰ ਬਣੀ ਨੂੰ 4 ਮਹੀਨੇ ਹੋ ਚੁੱਕੇ ਆ ਮਲਾ ਨੂੰ ਇੱਕ ਵੀ ਮੰਗ ਨਹੀਂ ਮੰਨੇਗੀ ਇਸ ਤਰ੍ਹਾਂ ਦੇ ਮਲਾਜਮਾਂ ਮਜਬੂਰ ਹੋ ਕੇ ਹੁਣ ਤਾਰੇ ਲਾਉਣੇ ਸ਼ੁਰੂ ਕੀਤੇ ਆ ਕਿਉਂਕਿ ਜਦੋਂ ਕੈਪਟਨ ਮੁੱਖ ਮੰਤਰੀ ਸੀ ਪਟਿਆਲੇ ਤੁਹਾਨੂੰ ਲਾਏ ਚੰਨੀ ਮੁੱਖ ਮੰਤਰੀ ਸੀ ਮਰੀਨੇ ਤੁਹਾਨੂੰ ਲਾਏ ਖੜਤਾਂ ਲਾਏ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਆ ਤੇ ਮੁਲਾਜ਼ਮਾਂ ਨੇ ਸੰਗਠਨ ਲਾਉਣੇ ਸ਼ੁਰੂ ਕਰ ਦਿੱਤੇ ਆ ਅਸੀਂ ਇਸ ਗੱਲ ਨਿੰਦਾ ਵੀ ਕਰਦੇ ਆ ਜੋ 646 ਪੀਡੀ ਅਧਿਕਾਰਾਂ ਨੇ ਘਰੋ ਕੀਤਾ ਸੀ ਕੋਠੀ ਦਾ ਪਰ ਉਹਨਾਂ ਤੇ ਲਾਠੀ ਚਾਜ ਕੀਤਾ ਗਿਆ ਇਸੇ ਨਿੰਦਾ ਕਰਦੇ ਹਾਂ ਜੀ ਧੰਨਵਾਦ ਆਥਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ